ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅਸੀਂ ਢੋਂਗਾ ਅੜੰਬਰਾਂ ਤੋਂ ਹਮੇਸ਼ਾ ਤੁਹਾਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਹਾਂ। ਹਮੇਸ਼ਾ ਸੋਚਦੇ ਹਾਂ ਕਿ ਜੋ ਵੀ ਬਾਣੀ ਬਾਣੇ ਦੇ ਧਾਰਨੀ ਹੈ ਨੇ ਜਾਂ ਜਿਹਨਾਂ ਨੇ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲਿਆ ਹੈ, ਉਹ ਇਹਨਾਂ ਅਡੰਬਰਾਂ ਤੋਂ ਘੱਟੋ ਘੱਟ ਬਾਹਰ ਨਿਕਲਣ। ਬਾਕੀਆਂ ਨੂੰ ਤਾਂ ਹੌਲੀ ਹੌਲੀ ਸਮਝਾ ਲਾਂਗੇ। ਪਰ ਇੱਕ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ ਪਤਾ ਨਹੀਂ ਕੋਈ ਬਾਬਾ ਭੂਤ ਕੱਢ ਰਿਹਾ ਹੈ ਕਿ ਪ੍ਰੇਤ ਕੱਢ ਰਿਹਾ ਹੈ, ਪਰ ਬਾਣੀ ਬਾਣੇ ਦੇ ਧਾਰਨੀ ਅੰਮ੍ਰਿਤਧਾਰੀ ਵੀ ਵਿੱਚ ਖੜ੍ਹੇ ਨੇ ਅਤੇ ਨੱਚਦੇ ਪਏ ਨੇ ਜਿੱਦਾਂ ਸੱਚੀ ਸਰੀਰ ਦੇ ਅੰਦਰ ਕੋਈ ਵੜਿਆ ਹੋਵੇ। ਗੁਰੂ ਪਿਆਰੇ, ਇਹ ਵੀਡੀਓਜ਼ ਦਿਖਾ ਕੇ ਸਿਰਫ ਇਹੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਅਜਿਹੀਆਂ ਵੀਡੀਓਜ਼ ਜਦੋਂ ਸਾਹਮਣੇ ਆਉਂਦੀਆਂ ਨੇ ਤਾਂ ਸਾਨੂੰ ਲੱਗਦਾ ਹੈ ਕਿ ਸ਼ਾਇਦ ਸਾਡਾ ਭਰੋਸਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉੱਠਣ ਲੱਗ ਗਿਆ ਹੈ। ਨਹੀਂ ਗੁਰੂ ਪਿਆਰਿਓ, ਜਿੰਨਾ ਅਥਾਹ ਭੰਡਾਰ ਗਿਆਨ ਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ, ਉਹਨਾਂ ਤੁਹਾਨੂੰ ਦੁਨੀਆਂ ਦੇ ਕਿਸੇ ਕੋਨੇ ਦੇ ਵਿੱਚ ਨਹੀਂ ਮਿਲ ਸਕਦਾ, ਸੰਸਾਰ ਦੇ ਵਿੱਚ ਕਿਤੇ ਨਹੀਂ ਮਿਲ ਸਕਦਾ। ਇਸ ਕਰਕੇ ਦੇਹਧਾਰੀਆਂ ਦੇ ਪਿੱਛੇ ਨਾ ਲੱਗੋ, ਡੇਰਿਆਂ ਮਸੀਤਾਂ 'ਤੇ ਜਾ ਕੇ ਆਪਣਾ ਸਮਾਂ ਵਿਅਰਥ ਨਾ ਕਰੋ, ਪੈਸਾ ਵਿਅਰਥ ਨਾ ਕਰੋ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ, ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲਓ, ਸ਼ਬਦ ਗੁਰੂ ਦੇ ਨਾਲ ਜੁੜੋ, ਹਰ ਗੱਲ ਹਰ ਉਮੀਦ ਤੁਹਾਡੀ ਪਰਮਾਤਮਾ ਆਪੇ ਪੂਰੀ ਕਰ ਦੇਵੇਗਾ। ਜੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ 'ਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।